ਵੈਲਕਮ ਬੈਕ ਟੂ ਮਾਈ ਚੈਨਲ ਖਾਉ ਪੀਓ ਤੇ ਅੱਜ ਮੈਂ ਇੱਕ ਨਵਾਂ ਵਲੌਗ ਲੈ ਕੇ ਆਈ ਆ ਜਿਹਦੇ ਵਿੱਚ ਕਿ ਮੈਂ ਕੈਨੇਡਾ ਦੇ ਵਿੱਚ ਨਵੇਂ ਸਟੋਰ ਦੇ ਵਿੱਚ ਜਾ ਰਹੀ ਸੀ ਜਿਹਦਾ ਨਾਮ ਸੀ ਫੋਰਟੀਨੋਸ ਤੇ ਮੈਂ ਸਟੋਰ ਦੇ ਵਿੱਚ ਪਹਿਲੀ ਵਾਰੀ ਜਾ ਰਹੀ ਸੀਗੀ ਤੇ ਮੌਸਮ ਜਿਹੜਾ ਹੈ ਬਹੁਤ ਵਧੀਆ ਸੀ ਹਲਕਾ ਹਲਕਾ ਮੀਂਹ ਪੈ ਰਿਹਾ ਸੀ ਬੱਦਲ ਸੀ ਤਾਂ ਬਿਲਕੁਲ ਵੀ ਗਰਮੀ ਨਹੀਂ ਸੀ ਲੱਗ ਰਹੀ ਤੇ ਇਹ ਹੈਗਾ ਜੀ ਮੇਰੇ ਆਲੇ-ਦਾਲੇ ਦਾ ਰਿਵਿਊ ਤੁਸੀਂ ਦੇਖ ਸਕਦੇ ਹੋ ਕੈਨੇਡਾ ਦੀਆਂ ਸੜਕਾਂ ਕੋਈ ਵੀ ਬਾਹਰ ਨਹੀਂ ਹੁੰਦਾ ਸਾਰੇ ਆਪੋ ਆਪਣੇ ਕਮਾਕਾਰਾਂ ਦੇ ਵਿੱਚ ਬਿਜ਼ੀ ਹੁੰਦੇ ਨੇ ਜੌਬਸ ਵਗੈਰਾ ਤੇ ਗਏ ਹੁੰਦੇ ਨੇ ਸਿਰਫ ਸ਼ਾਮ ਨੂੰ ਪਾਰਕਸ ਦੇ ਵਿੱਚ ਆਪਾਂ ਨੂੰ ਰੌਣਕ ਦੇਖਣ ਨੂੰ ਮਿਲਦੀ ਆ ਤੇ ਮੈਂ ਜੀ ਪੁਲ ਉੱਪਰ ਦੀ ਜਾ ਰਹੀ ਸੀਗੀ ਵਾਕ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਨਜ਼ਾਰਾ ਕਿੰਨਾ ਸੋਹਣਾ ਲੱਗ ਰਿਹਾ ਵਾ ਬੱਦਲ ਤੇ ਕਲੋਨੀ ਕਿੰਨੀ ਵਧੀਆ ਲੱਗ ਰਹੀ ਆ ਤੇ ਮੇਰੇ ਘਰ ਤੋਂ ਥੋੜੀ ਜਿਹੀ ਦੂਰ ਸੀਗਾ ਤਾਂ ਕਰਕੇ ਮੈਂ ਬਾਈ ਵਾਕ ਹੀ ਜਾ ਰਹੀ ਸੀ ਤਾਂ ਕਿ ਆਪਣੀ ਜਿਹੜੀ ਆ ਡੇਲੀ ਵਾਕ ਵੀ ਹੋ ਜਾਂਦੀ ਆ ਤੇ ਇਹ ਆ ਜੀ ਹੁਣ ਮੈਂ ਬਸ ਪਹੁੰਚਣੇ ਵਾਲੀ ਸੀਗੀ ਤੇ ਮਿਲਦੇ ਆ ਤੁਹਾਨੂੰ ਪਹੁੰਚ ਕੇ ਇਹ ਜੀ ਜਗ੍ਹਾ ਆ ਸਾਹਮਣੇ ਸਟੋਰ ਆ ਫੋਰਟੀਨੋਜ਼ ਨੀਮਾ ਸਟੋਰ ਦਾ ਤੇ ਮੀ ਪੈ ਰਿਆ ਸੀ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਤੇ ਆਲੇ-ਦਾਲੇ ਕਾਫੀ ਜ਼ਿਆਦਾ ਹੋਰ ਸਟੋਰਸ ਵੀ ਸੀਗੇ ਤੇ ਇਹ ਹੀ ਬਹੁਤ ਵੱਡਾ ਸਟੋਰ ਸੀ ਮੈਂ ਤਾਂ ਸਾਰਾ ਟਾਈਮ ਇਹਦੇ ਵਿੱਚ ਹੀ ਲੰਘ ਗਿਆ ਤੇ ਇਹ ਜਸਟ ਮੈਂ ਐਂਟਰੀ ਕੀਤੀ ਸੀ ਤੇ ਐਂਟਰੀ ਦੇ ਵਿੱਚ ਹੀ ਆਪਾਂ ਨੂੰ ਫਰੈਸ਼ ਬੇકરી ਆ ਇੱਥੇ ਜਿਹਦੇ ਜਿੱਤ ਮਤਲਬ ਕਾਫੀ ਚੀਜ਼ਾਂ ਸਿਗੀਆਂ 버ਗਰ ਸਿਗੇ ਪੀਜ਼ਾ ਸਿਗੇ ਤੇ ਕਾਫੀ ਫਰੈਸ਼ ਬ੍ਰੈਡਸ ਸਿਗੀਆਂ ਬ੍ਰੈਡਸ ਲੋਫ ਸਿਗੇ ਤੇ ਇਧਰਲੀ ਸਾਈਡ ਕੇਕਸ ਵਗੈਰਾ ਸੀ ਕੈਨੇਡਾ ਡੇ ਆ ਰਿਹਾ ਵਾ ਤਾਂ ਉਹਦੇ ਲਈ ਉਹਨਾਂ ਨੇ ਡੈਕੋਰ ਕੀਤਾ ਹੋਇਆ ਸੀ ਸਾਰਾ ਕੁਝ इधर वाली साइड सारे डोनट्स ब्रैड्स क्रोसॉन्स वगैरह सारा कुछ सतलब ए स्टोर अपन फ्रैश चीज़ा भी एको जगह मिल रही है ने तो यह बेस्ट चीज़ सगी तो उस जी जी ग्रोसरी की गल करिए स्टोर इन्ना क्या वाला है कि पूरा आ, मतलब मैं शो नहीं किया जस्ट तुम्हें माड़ी माड़ी क्लिप दिखाई है ताकि ता आइडिया हो जाए कि इतने के चीज़ ने ਤੇ ਇਹ ਤੁਸੀਂ ਦੇਖ ਸਕਦੇ ਹੋ ਸਾਰੀਆਂ ਬ੍ਰੈਡਸ ਸੀ ਤੇ ਇਹ ਵਾਲੀ ਬ੍ਰੈਡ ਜ਼ਰੂਰ ਟ੍ਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ گارਲਿਕ ਬ੍ਰੈਡੀ ਹੁੰਦੀ ਆ ਇਹਨੂੰ ਜਸ ਤੁਸੀਂ ਟੋਸਟਰ ਦੇ ਵਿੱਚ ਪਾਓ ਜਾਂ ਤਵੇ ਤੇ ਤੁਸੀਂ ਗਰਮ ਕਰਕੇ ਖਾ ਸਕਦੇ ਹੋ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਜਾਂ ਕੋਈ ਵੀ ਹੈ ਆਪਣੇ ਕੋਲੇ ਨਾ ਟਾਈਮ ਨਹੀਂ ਹੁੰਦਾ ਤੇ ਸਬਜ਼ੀਆਂ ਦੀ ਤਾਂ ਜੀ ਬਹੁਤ ਹੀ ਜ਼ਿਆਦਾ ਵੈਰਾਈਟੀ ਸੀ ਮਤਲਬ ਆਪਾਂ ਇੰਨੀ ਇੰਡੀਆ ਦੇ ਵਿੱਚ ਨਹੀਂ ਹੁੰਦੀ ਜਿੰਨੀ ਕਿ ਇੱਥੇ ਵੈਰਾਈਟੀ ਆ ਫਰੂਟਸ ਦੇ ਵਿੱਚ ਹੀ ਬਹੁਤ ਜ਼ਿਆਦਾ ਵੈਰਾਈਟੀ ਆ ਹਰ ਚੀਜ਼ ਅਵੇਲੇਬਲ ਆ 버ਗਰਸ ਤੋਂ ਹਾਟ ਡੌਗਸ ਤੋਂ ਲੈ ਕੇ ਕੁਲਚੀਆਂ ਤੱਕ ਇੱਥੇ ਸਾਰਾ ਕੁਝ ਜਿਹੜਾ ਹੈ ਉਹ ਪ੍ਰੈਜ਼ੈਂਟ ਹੈ ਗਿਆ ਕੇਕਸ ਦੀ ਬਹੁਤ ਜ਼ਿਆਦਾ ਵੈਰਾਈਟੀ ਆ ਜੀ ਅੱਗੇ ਦੇਖੋਗੇ ਇਥੇ ਪੀਜ਼ਾ ਬੇਸਿਸ ਵੀ ਕਾਫੀ ਜ਼ਿਆਦਾ ਮਤਲਬ ਵੈਰਾਈਟੀ ਦੇ ਵਿੱਚ ਮਿਲਦੇ ਆ ਰਾਗੀ ਦਾ ਮਿਲਦਾ ਆ ਵੀਟ ਦਾ ਮਿਲਦਾ ਆ ਮੈਦੇ ਦਾ ਵੀ ਮਿਲਦਾ ਆ ਇਹ ਸਾਰੇ ਕਪਕੇਕਸ ਵਾਲੀ ਜਿਹੜੀ ਆ ਰੈਕ ਸੀਗੀ ਤੇ ਮੈਂ ਚਸ ਕੁਮਰੇ ਸੀ ਦੇਖ ਰਹੀ ਸੀ ਉਸ ਤੋਂ ਦੇ ਜੀ ਇਹ ਸਾਰੇ ਆਪਣੇ ਫਰੂਟਸ ਦੇ ਸੈਕਸ਼ਨਸ ਨੇ ਵੈਜੀਟੇਬਲ ਦੇ ਸੈਕਸ਼ਨਸ ਨੇ ਤੇ ਬਟ ਜੇ ਪ੍ਰਾਈਸ ਵਾਈਸ ਦੇਖੀਏ ਮੈਨੂੰ ਥੋੜਾ ਜਿਆ ਐਕਸਪੈਂਸਿਵ ਲੱਗਿਆ ਬਟ ਠੀਕ ਆ ਹਰ ਚੀਜ਼ ਇੱਥੇ ਆਪਾਂ ਨੂੰ ਫਰੈਸ਼ ਮਿਲ ਰਹੀ ਆ ਤਾਂ ਇਨਕ ਤਾਂ ਚੱਲਦਾ ਹੀ ਆ ਜੇ ਚੀਜ਼ ਵਧੀਆ ਲੈਣੀ ਆ ਆਪਾਂ ਤੇ ਇਹ ਸਾਰੀਆਂ ਜੀ ਸਿਗੀਆਂ ਵੈਜੀਟੇਬਲਸ ਯਾਂ ਰੈਕ ਤੇ ਸੀ ਦੇਖ ਸਕਦੇ ਹੋ ਫਰੂਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਵੈਰਾਈਟੀ ਸੀਗੀ ਇਹ ਸਾਰੀ ਐਪਲ ਸੀ ਵੈਰਾਈਟੀ ਆ ਦੇਖ ਸਕਦੇ ਹੋ ਕਿੰਨੇ ਤਰੀਕਿਆਂ ਦੀ ਆ ਬਟ ਜਿਹੜਾ ਸਭ ਤੋਂ ਵਧੀਆ ਐਪਲ ਮਤਲਬ ਮੇਰਾ ਫੇਵਰਿਟ ਔਰ ਗਾਲਾ ਐਪਲ ਆ ਐਪਲ ਗਾਲਾ ਜਿਹੜਾ ਕਿ ਮੈਨੂੰ ਟੇਸਟ ਵਾਈਜ਼ ਸਭ ਤੋਂ ਵਧੀਆ ਲੱਗਦਾ ਹੈ ਇਹ ਸਾਰੀ ਵੈਰਾਈਟੀ ਉਹਨਾਂ ਨੇ ਐਕਸਪਲੇਨ ਕੀਤੀ ਹੋਈ ਸੀ ਤੇ ਉਸ ਤੋਂ ਅਗੇ ਇਹ ਆ ਗਏ ਆਪਣੇ ਸੰਤਰੇ ਆ ਗਏ ਲੈਮਨ ਆ ਗਏ ਜਾਂ ਇੱਕ ਜਿਹੜੇ ਛੋਟੇ ਖੱਟੇ ਜਿਹੇ ਹੁੰਦੇ ਨੇ ਮਸੰਮੀ ਆ ਗੀ ਤੇ ਉਹ ਸਾਰਾ ਸੈਕਸ਼ਨ ਆ ਮਤਲਬ ਨਵਾਂ ਬੰਦਾ ਤਾਂ ਜਾ ਕੇ ਨਾ ਕਨਫਿਊਜ਼ ਹੀ ਹੋ ਜਾਊਗਾ ਕਿ ਕਿਹੜੀ ਚੀਜ਼ ਲਈਏ ਤੇ ਕਿਹੜੀ ਚੀਜ਼ ਨਾ ਲਈਏ ਤਾਂ ਕਰਕੇ ਤੇ ਮੈਂ ਥੋੜਾ ਜਿਹਾ ਜਿਹੜੀ ਕਲਿੱਪਸ ਨੇ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਆਈ ਹੋਪ ਕਿ ਤੁਹਾਨੂੰ ਜਿਹੜਾ ਮੇਰੇ ਵਲੌਗਸ ਨੇ ਪਸੰਦ ਆਉਂਦੇ ਹੋਣਗੇ ਤੇ ਜੇ ਪਸੰਦ ਆਉਂਦੇ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦਾ ਲੱਗਦਾ ਇਹ ਸਾਰੀ ਮਸ਼ਰੂਮ ਦੀ ਵੈਰਾਈਟੀ ਸੀ ਇੰਡੀਆ ਦੇ ਵਿੱਚ ਆਪਾਂ ਸਿਰਫ ਵਾਈਟ ਵਾਲੇ ਮਸ਼ਰੂਮ ਹੀ ਖਾਂਦੇ ਆ ਬਟ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਸੀ ਮਸ਼ਰੂਮ ਸੀ ਤੇ ਇਹਿਆ ਅੱਗੇ ਹੋਰ ਵੀ ਕਾਫੀ ਜ਼ਿਆਦਾ ਸਟੋਰ ਸੀ ਬਟ ਮੈਂ ਉਹਨਾਂ ਕਵਰ ਨਹੀਂ ਕਰ ਪਾਈ ਮੈਂ ਸਿਰਫ ਵੈਜੀਟੇਬਲ ਤੇ ਗ੍ਰੋਸਰੀ ਵਾਲੇ ਕਵਰ ਕਰ ਪਾਈ ਆ ਇਹ ਸਾਰੀ ਸ਼ਿਮਲਾ ਮਿਰਚ ਵਗੈਰਾ ਦੀ ਵੈਰਾਈਟੀ ਸੀ ਸ਼ਿਮਲਾ ਮਿਰਚ ਸੀ ਆ ਇਆਂ ਹੋਰ ਆਪਣੇ ਗ੍ਰੀਨ ਵੈਜੀਟੇਬਲਸ ਸੀ ਗਿਆ ਟਮਾਟਰ ਦੀ ਬਹੁਤ ਜ਼ਿਆਦਾ ਵੈਰਾਈਟੀਆਂ ਇਹ ਸਾਰੀ ਸਪਿਨਚ ਦੀ ਸੈਲਡ ਸੀ ਸੀਗੀ ਵੈਰਾਈਟੀ ਉਸ ਤੋਂ ਅੱਗੇ ਜੀ ਆਏ ਸਾਰਾ ਕੁੜੀਆਂ ਦਾ ਫੇਵਰਿਟ ਜਿਹੜਾ ਕਾਰਨਰ ਹੁੰਦਾ ਮੇਕਅਪ ਕਾਰਨਰ ਸੀਗਾ ਅੱਗੇ ਦੀ ਅੱਗੇ ਕਾਫੀ ਜ਼ਿਆਦਾ ਵੱਡਾ ਸਟੋਰ ਸੀ ਇਹ ਤੇ ਇਹ ਸਾਰੇ ਮੇਕਅਪ ਬ੍ਰਾਂਡਸ ਸੀਗੇ ਮਤਲਬ ਮੇਕਅਪ ਅਫੋਰਡੇਬਲ ਸੀਗਾ ਮਤਲਬ ਕੋਈ ਵੀ ਅਫੋਰਡ ਕਰ ਸਕਦਾ ਆ ਉਸ ਤੋਂ ਅਗੇ ਛੋਟਾ ਜਿਹਾ ਜੁਐਲਰੀ ਸੈਕਸ਼ਨ ਵੀ ਸੀਗਾ ਤੇ ਜੁਐਲਰੀ ਕਾਫੀ ਸੋਹਣੀ ਸੀ ਤੇ ਇਹ ਚੀਜ਼ੇ ਸਟੋਰ 'ਚ ਮੈਨੂੰ ਸਭ ਤੋਂ ਵਧੀਆ ਲੱਗੀ ਕਿ ਜਿਹੜਾ ਸਾਰਾ ਸਪਾਸ ਸੀ ਕੈਂਡੀਜ਼ ਸੀ ਡਰਾਈ ਫਰੂਟਸ ਸੀਗੇ ਜਾਂ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਉਹ ਇੱਦਾਂ ਉਹਨਾਂ ਨੇ ਇੱਕ ਬਾਕਸੇਸ ਦੇ ਵਿੱਚ ਰੱਖੀਆਂ ਹੋਈਆਂ ਸੀ ਕਿ ਜਸਟ ਪੋਲੀਥਿਨ ਲੋ ਤੇ ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਉਨੀ ਕੁਆਂਟੀਟੀ ਤੁਸੀਂ ਖੁਦ ਪਾ ਲਓ ਉਸ ਸਾਹਬ ਦੇ ਨਾਲ ਤੁਹਾਡੀ ਪ੍ਰਾਈਸੇਸ ਹੋਣਗੇ ਤੇ ਇਹ ਵਾਲਾ ਕਾਰਨਰ ਤਾਂ ਬਹੁਤ ਹੀ ਜ਼ਿਆਦਾ ਵਧੀਆ ਸੀ ਮਤਲਬ ਇਹ ਬੱਚਿਆਂ ਦਾ ਤਾਂ ਫੇਵਰਟ ਕਾਰਨਰ ਹੋਊਗਾ ਮੇਰੇ ਸਾਹਬ ਦੇ ਨਾਲ ਬਹੁਤ ਟਾਈਪ ਦੀਆਂ ਚਾਕਲੇਟਸ ਸਿਗੀਆਂ ਕੈਂਡੀਸ ਸੀ ਜੈਲੀਸ ਸੀਗੀਆਂ ਇੱਥੇ ਤੇ ਡਰਾਈ ਫਰੂਟ ਵੀ ਬਹੁਤ ਜ਼ਿਆਦਾ ਵੈਰਾਈਟੀ ਸੀ ਇੱਥੇ ਤਾਂ ਜੇ ਤੁਸੀਂ ਅ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਪਸੰਦ ਨੇ ਤਾਂ ਏ ਸਟੋਰ ਰეკਮੈਂਡਡ ਆ ਤੁਸੀਂ ਇੱਕ ਵਾਰੀ ਜਾ ਕੇ ਇੱਥੇ ਜ਼ਰੂਰ ਦੇਖਿਓ ਇਹ ਸਾਰੇ ਡਰਾਈਡ ਫਰੂਟਸ ਸੀਗੇ ਐਪ੍ਰੀਕਾਟ ਸੀ ਡਰਾਈਡ ਮੰਗੋ ਸੀ ਬਹੁਤ ਵੀ ਸੀਗੇ ਸਾਲਟਡ ਡਰਾਈ ਫਰੂਟਸ ఎవਰੀਥਿੰਗ ਇਜ਼ ਪਰੈਜ਼ెంట్ ਹੇਅਰ ਬਹੁਤ ਕੈਂਡੀ ਸੀ ਵੈਰਾਈਟੀ ਸੀਗੀ ਇਹੀ ਸੀ ਜੀ ਪਾਰਟ 2 ਜੇ ਤੁਸੀਂ ਕਹੋਗੇ ਤਾਂ ਮੈਂ ਲੈ ਕੇ ਆ ਜੂੰਗੀ ਹੁਣ ਆਪਾਂ ਘਰ ਨੂੰ ਵਾਪਸ ਆ ਗਏ ਸੀਗੇ ਤਾਂ ਜੇ ਤੁਹਾਨੂੰ ਵਲੌਗਸ ਪਸੰਦ ਆਉਂਦੇ ਨੇ ਨਿੱਕੀਆਂ ਨਿੱਕੀਆਂ ਕਲਿੱਪਸ ਨੂੰ ਵਧੀਆ ਲੱਗਦੀਆਂ ਨੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਪਾਰਟ 2 ਚਾਹੀਦਾ ਤਾਂ ਵੀ ਮੈਨੂੰ ਦੱਸਿਓ ਤਾਂ ਅੱਜ ਲਈ ਇੰਨਾ ਕੀ ਓਕੇ ਬਾਏ ਬਾਏ